ਸਤਿ ਸ਼੍ਰੀ ਅਕਾਲ ਦੋਸਤੋ, ਲਵ ਫੋਰ ਐਵਰੀ ਚੈਨਲ ਤੁਹਾਡਾ ਸਵਾਗਤ ਕਰਦਾ ਹੈ। ਅੱਜ ਆਪਾਂ ਤੁਹਾਡੇ ਲਈ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਆ ਰਹੇ ਹਾਂ ਜੋ ਬਹੁਤ ਹੈਰਾਨ ਕਰਨ ਵਾਲੀ ਹੈ ਜੀ। ਹਾਂ ਦੋਸਤੋ, 19 ਸਾਲਾਂ ਕੁੜੀ ਨੇ ਕਰਵਾਇਆ 53 ਸਾਲਾਂ ਪ੍ਰੇਮੀ ਨਾਲ ਮੰਗਣੀ, ਮਾਪਿਆਂ ਨੇ ਕਿਹਾ ਪਾਗਲ ਹੋ ਗਈ ਧੀ। ਜੀ ਹਾਂ ਦੋਸਤੋ, ਲੈ ਚੱਲਦੇ ਹਾਂ ਪੂਰੀ ਖਬਰ ਵੱਲ। ਹਰੇਕ ਕੁੜੀ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਉਸਦੇ ਸੁਪਨਿਆਂ ਦਾ ਰਾਜਕੁਮਾਰ ਮਿਲੇ, ਪਰ ਜੇਕਰ ਕੋਈ ਕੁੜੀ ਆਪਣੇ ਤੋਂ 33 ਸਾਲਾਂ ਵੱਡੇ ਵਿਅਕਤੀ ਨਾਲ ਵਿਆਹ ਕਰਵਾਉਣਾ ਚਾਹੇ ਤਾਂ ਉਸ ਨੂੰ ਦੇਖ ਕੇ ਲੋਕ ਕੀ ਕਹਿਣਗੇ। ਅਜਿਹਾ ਹੀ ਹੋ ਰਿਹਾ ਹੈ ਅਮਰੀਕਾ ਦੀ ਨਿਵਾਸੀ ਮਾਈਕੇਲਾ ਮੈਡਸਨ ਨੇ, ਜਿਸ ਦੀ ਉਮਰ ਸਿਰਫ 19 ਸਾਲ ਹੈ ਅਤੇ ਉਹ 53 ਸਾਲਾਂ ਵਿਲੀਅਮ ਮੈਲਡੇਰਾ ਨਾਲ ਪਿਆਰ ਕਰਦੀ ਹੈ। ਉਸਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ। ਮਾਈਕੇਲਾ ਦਾ ਪਰਿਵਾਰ ਕਹਿੰਦਾ ਹੈ ਕਿ ਉਹਨਾਂ ਦੀ ਧੀ ਨੂੰ ਮਨੋਵਿਗਿਆਨੀ ਦੀ ਜ਼ਰੂਰਤ ਹੈ ਕਿਉਂਕਿ ਉਹ ਪਾਗਲ ਹੋ ਚੁੱਕੀ ਹੈ ਅਤੇ ਇੱਕ ਬੁੱਢੇ ਨਾਲ ਵਿਆਹ ਰਚਾਉਣ ਜਾ ਰਹੀ ਹੈ। ਫਿਲਹਾਲ ਇਹਨਾਂ ਦੋਵਾਂ ਨੇ ਮੰਗਣੀ ਕਰਵਾ ਲਈ ਹੈ ਅਤੇ ਉਹ ਕੈਨੇਡਾ ਦੇ ਅਲਬਰਟਾ 'ਚ ਸਮਾਂ ਬਤੀਤ ਕਰ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਦੋਹਾਂ ਦੀ ਉਮਰ 'ਚ 33 ਸਾਲਾਂ ਦਾ ਅੰਤਰ ਹੈ। ਇਸ ਜੋੜੇ ਨੇ ਬੀਤੀ ਦਿਨੀ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲੋਕ ਇਹ ਨਾ ਸਮਝ ਸਕੇ ਕਿ ਉਹ ਪਿਓਤੀ ਹਨ ਜਾਂ ਮੰਗੇਤਰ। ਮਾਈਕੇਲਾ ਨੇ ਦੱਸਿਆ ਕਿ ਉਸ ਦੇ ਜਦ ਸੋਸ਼ਲ ਸਾਈਟ 'ਤੇ ਵਿਲੀਅਮ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਸੇ ਦਿਨ ਉਸਨੂੰ ਅਹਿਸਾਸ ਹੋ ਗਿਆ ਸੀ ਕਿ ਵਿਲੀਅਮ ਹੀ ਉਸਦੇ ਸੁਪਨੇ ਦਾ ਰਾਜਕੁਮਾਰ ਹੈ। ਉਹਨਾਂ ਦੋਹਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਇੱਕ ਦੂਜੇ ਨੂੰ ਮਿਲਣ ਦਾ ਫੈਸਲਾ ਕੀਤਾ। ਉਸਨੇ ਦੱਸਿਆ ਕਿ ਵਿਲੀਅਮ ਦੀਆਂ ਅੱਖਾਂ ਅਤੇ ਨੱਕ ਉਸਨੂੰ ਬਹੁਤ ਪਸੰਦ ਨੇ ਅਤੇ ਉਹ ਅਜਿਹਾ ਹੀ ਜੀਵਨ ਸਾਥੀ ਚਾਹੁੰਦੀ ਸੀ। ਅਤੇ ਹੁਣ ਦੀ ਨਿਊਜ਼ ਇੰਨੀ ਹੀ। ਧੰਨਵਾਦ ਜੀ, ਜਲਦੀ ਹੀ ਨਵੀਂ ਖਬਰ ਲੈ ਕੇ ਤੁਹਾਡੇ ਲਈ ਆਵਾਂਗੇ। ਸਤਿ ਸ਼੍ਰੀ ਅਕਾਲ। ਹਾਂਜੀ ਸੱਜਣੋ, ਜੇ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ ਅਤੇ ਉਸ ਤੋਂ ਬਾਅਦ ਬੈੱਲ ਆਈਕਨ 'ਤੇ ਕਲਿੱਕ ਕਰ ਦਿਓ ਤਾਂ ਜੋ ਤੁਹਾਨੂੰ ਨਵੀਆਂ ਅਤੇ ਤਾਜ਼ੀਆਂ ਵੀਡੀਓ ਸਭ ਤੋਂ